ਵੀ ਦੋਸਤੋ ਤੁਹਾਨੂੰ ਆਪਾਂ ਟੌਪ ਕੁਆਲਿਟੀ ਦੀ ਜਰਸੀ ਦੌੜ ਕੇ ਦਿਖਾਉਂਦੇ ਹਾਂਗੇ ਪੰਜਾਬ ਵਾਲੀ ਹੈਗੀ ਤੇ ਆਰਡਰ ਦੇਖ ਸਕਦੇ ਹੋ ਤੁਸੀਂ ਪੂਰਾ ਜ਼ਬਰਦਸਤ ਆਰਡਰ ਆ ਤੇ ਦੇਖ ਸਕਦੇ ਹੋ ਤੁਸੀਂ ਭਲਵਾਨਾਂ ਵਾਂਗੂ ਦੁਰਦੀ ਹੈ ਤੇ ਬਾਕੀ ਪਿੱਠ ਪੁੜਾ ਦੇਖ ਸਕਦੇ ਹੋ ਫੇਸ ਦੇਖ ਸਕਦੇ ਹੋ ਬਹੁਤ ਸੋਹਣਾ ਫੇਸ ਆ ਤੇ ਬਿਊਟੀ ਦੇ ਵਿੱਚ ਵੀ ਆ ਤੇ ਦੁੱਧ ਨੂੰ ਵੀ ਪੂਰੀ ਟੌਪ ਰਹੂਗੀ ਦੇਖ ਸਕਦੇ ਹੋ ਤੁਸੀਂ ਬਾਕੀ ਆਰਡਰ ਤੁਹਾਨੂੰ ਦੱਸਦਾ ਹੀ ਹੋਣਾ ਪਾਸੇ ਤੋਂ ਵੀ ਤੇ ਬੈਕ ਸਾਈਡ ਤੋਂ ਵੀ ਬਹੁਤ ਚੌੜਾ ਆਰਡਰ ਹੈਗਾ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਧੌਲੀਵਾਲ ਡੈਰੀ ਫਾਰਮ ਦੇ ਉੱਤੇ ਦੋਸਤੋ ਅੱਜ ਆਪਾਂ ਪਹੁੰਚੇ ਹੋਏ ਹਾਂ ਪਸ਼ੂ ਮੰਡੀ ਡੱਬ ਵਾਲੀ ਜਿਹੜੀ ਕਿ ਮਹੀਨੇ ਦੇ ਵਿੱਚ 4 ਵਾਰੀ ਲੱਗਦੀ ਆ ਤੇ ਹਰੇਕ ਐਤਵਾਰ ਨੂੰ ਇਹ ਮੰਡੀ ਲੱਗਦੀ ਹੈਗੀ ਤੇ ਉਨੀਆਂ ਹੀ ਗਾਈਆਂ ਹੁੰਦੀਆਂ ਤੇ ਉਨੀਆਂ ਹੀ ਮੱਝਾਂ ਹੁੰਦੀਆਂ ਗੀਆਂ ਇਸ ਮੰਡੀ ਦੇ ਉੱਤੇ ਤੇ ਵੱਛੀਆਂ ਵੀ ਹੁੰਦੀਆਂ ਗੀਆਂ ਕ੍ਰੋਸ ਬਰੀਡ ਦੇ ਵਿੱਚ ਗਾਈਆਂ ਹਰੇਕ ਤਰ੍ਹਾਂ ਦੀ ਗਾਂ ਤੁਹਾਨੂੰ ਕ੍ਰੋਸ ਬਰੀਡ ਦੇ ਵਿੱਚ ਵੀ ਮਿਲ ਜੂਗੀ ਤੇ ਮੱਝਾਂ ਵੀ ਮਿਲ ਜਾਣਗੀਆਂ ਤੇ ਬਾਰਡਰ ਤੇ ਮੰਡੀ ਲੱਗਦੀ ਆ ਇਹ ਪੰਜਾਬ ਹਰਿਆਣਾ ਦੇ ਤੇ ਜ਼ਿਲ੍ਹਾ ਆਇਆ ਨੂੰ ਮੇਰਾ ਖਿਆਲ ਸਿਰਸਾ ਪੈ ਜਾਂਦਾ ਗਾ ਤੇ ਟੌਪ ਤੋਂ ਟੌਪ ਕੁਆਲਿਟੀ ਦੀਆਂ ਗਾਈਆਂ ਤੁਹਾਨੂੰ ਇਸ ਮੰਡੀ ਤੋਂ ਮਿਲ ਜਾਣਗੀਆਂ ਤੇ ਆਪਾਂ ਸਾਰੀਆਂ ਮੰਡੀਆਂ ਕਵਰ ਕਰਦੇ ਰਹਿੰਦੇ ਹਾਂ ਤੇ ਅੱਜ ਆਪਾਂ ਡੱਬ ਵਾਲੀ ਮੰਡੀ ਕਵਰ ਕਰਨ ਆਏ ਹਾਂ ਤੇ ਅੱਗੇ ਵੀ ਕਰਿਆ ਕਰਾਂਗੇ ਤੇ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਦਿਖਾਉਂਦੇ ਹਾਂ ਤੁਹਾਨੂੰ ਆਪਾਂ ਚੰਗੀਆਂ ਕ੍ਰੋਸ ਬਰੀਡ ਤੇ ਟੌਪ ਕੁਆਲਿਟੀ ਦੀਆਂ ਗਾਈਆਂ ਤੇ ਵੀਡੀਓ ਦੇ ਵਿੱਚ ਐਂਡ ਤਾਂ ਹੀ ਜੁੜੇ ਰਹੋ ਤੇ ਆ ਜਾਓ ਫਿਰ ਆਪਾਂ ਕਰਦੇ ਹਾਂ ਵੀਡੀਓ ਦੀ ਸ਼ੁਰੂਆਤ ਵੀ ਦੋਸਤੋ ਇੱਕ ਤੁਹਾਨੂੰ ਆਪਾਂ ਹੋਰ ਗਾਂ ਦਿਖਾਉਂਦੇ ਹਾਂ ਬਹੁਤ ਸੋਹਣੀ ਹੈਗੀ ਦੇਖ ਸਕਦੇ ਹੋ ਤੁਸੀਂ ਬਾਡੀ ਬਾਂਤਰ ਵੀ ਚੰਗੀ ਆ ਆਰਡਰ ਉਡਰ ਵੀ ਬਹੁਤ ਚੰਗਾ ਸੋਹਣਾ ਦਿਖਾਉਂਦੀ ਹੈ ਖਾਣਾ ਦਾ ਸਾਇਜ਼ ਸੂਜ ਵੀ ਚੰਗਾ ਗਾ ਆਇਆ ਸ਼ਹਿਰ ਵਿੱਚ ਪੈਂਦੀ ਲੱਗਦੀ ਹੈ ਬਾਕੀ ਬਾਈ ਤੋਂ ਡਿਟੇਲ ਪੁੱਛ ਲਾਂਗੇ ਸਾਰੀ ਕੀ ਡਿਟੇਲ ਹੈ ਜੀ ਕੀ ਗੱਲਬਾਤ ਹੈਗੀ ਤੇ ਗਾਂ ਹੈ ਬਹੁਤ ਚੰਗੀ ਹੈਗੀ ਥੋੜੀ ਜਿਹੀ ਕ੍ਰੋਸ ਬਰੀਡ 'ਚ ਲੱਗਦੀ ਆ ਦੁੱਧ ਨੂੰ ਵੀ ਚੰਗਾ ਆਉਂਦੇ ਆ ਘਰੇ ਰੱਖਣ ਨੂੰ ਵੀ ਚੰਗਾ ਬਾਕੀ ਗਾਹ ਕਿਤੇ ਤੇ ਪਈ ਜਾਂਦੇ ਹੈਗੇ ਦੇਖੋ ਆਰਡਰ ਦੇਖ ਸਕਦੇ ਹੋ ਥਾਣਾ ਦਾ ਸਾਇਜ਼ ਸੂ ਸੋਹਣਾ ਦੇ ਕੱਚੀ ਲੱਗਦੀ ਆ ਜੇ ਬਾਕੀ ਆਪਾਂ ਡਿਟੇਲ ਸਾਰੀ ਬਾਈ ਤੋਂ ਪੁੱਛ ਲਾਂਗੇ ਕੀ ਡਿਟੇਲ ਆ ਜੀ ਕੀ ਗੱਲਬਾਤ ਆ ਗਈ ਤੇ ਬਾਕੀ ਗਾਹਕ ਬਹੁਤ ਫਿਰਦੇ ਆ ਦੇਖ ਸਕਦੇ ਹੋ ਤੁਸੀਂ ਮਾਲ ਵੀ ਬਹੁਤ ਪਹੁੰਚਿਆ ਵਾ ਇੱਧਰ ਵੀ ਦੇਖ ਸਕਦੇ ਤੁਸੀਂ ਮੰਡੀ ਦਾ ਮਾਹੌਲ ਮਾਲ ਬਹੁਤ ਆ ਗਿਆ ਵਾ ਤੇ ਗਾਈਆਂ ਬਹੁਤ ਤੁਸੀਂ ਦੇਖ ਸਕਦੇ ਹੋਗੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜਿਹੜੀ ਆਪਾਂ ਗਾਂ ਤੋਰ ਕੇ ਦਿਖਾਈ ਆ ਤੇ ਕਿੰਨੇ ਕਿੰਨੇ ਲੈਂਦੀ ਆ ਕੱਚੀ ਹੈ ਜੀ ਇਹ ਹਾਂ ਕੱਚੀ 10 ਦਿਨ ਲੈ ਜਾਂਦੀ 10 ਦਿਨ ਲੈ ਜਾਂਦੀ ਆ ਜੀ ਸੂਆ ਕਿਹੜਾ ਸੂਆ ਤੀਜਾ ਸੋਣਾ ਤੀਜੇ ਸੂਏ ਸੋਣਾ ਠੀਕ ਆ ਦੁੱਧ ਕਿੰਨਾ ਕੱਢ ਦੂਗੀ ਦੁੱਧ 35 ਕਿਲੋ ਕੱਢ 35 ਕਿਲੋ 35 ਕਿਲੋ ਦੀ ਪੂਰੀ ਫੁੱਲ ਗਾਰੰਟੀ ਆ ਫੁੱਲ ਗਾਰੰਟੀ ਠੀਕ ਆ ਵੀ ਇੰਨਾ ਜਾਣੀ ਦਊਗੀ ਹਾਂ ਠੀਕ ਆ ਤੇ ਮੁੱਲ ਇਹਦਾ ਕੀ ਰੱਖਿਆ ਵਾ ਮੁੱਲ ਤਾਂ ਜੀ ਇਹਦਾ 1 20 ਰੱਖਦੇ 1 20 ਕਿੰਨੇ ਨਹੀਂ ਛੱਡਣੀ ਆਪਾਂ ਲੱਖ ਦੇ ਜਾਈਏ ਲੱਖ ਦੀ ਖਾਣਾ ਕ ਮੌਕੇ ਤੇ ਹੋ ਜਾਊਗਾ ਹੋ ਜਾਣਗਾ ਮਾਨਤਾਨ ਬੰਦੇ ਦਾ ਮੌਕੇ ਤੇ ਮਾਨਤਾਨ ਹੋ ਜਾਊਗਾ ਹਾਂ ਠੀਕ ਆ ਤੇ ਕੰਮ ਆਪਣਾ ਵਪਾਰ ਦਾ ਹੀ ਹੈਗਾ ਵਪਾਰ ਦਾ ਜੀ ਕਿੰਨੇ ਕ ਪਸ਼ੂ ਹੁੰਦੇ ਨੇ 5-6 ਪਸ਼ੂ ਹੁੰਦੇ ਹੁੰਦੇ ਕਰੇ 5-6 ਪਸ਼ੂ ਘਰੇ ਹੁੰਦੇ ਆ ਹਾਂ ਚੰਗੇ ਕੁਆਲਿਟੀ ਠੀਕ ਆ ਕੁਆਲਿਟੀ ਚੰਗੀ ਹੁੰਦੀ ਹੈ ਪੂਰੀ ਮੱਝਾਂ ਵੀ ਹੁੰਦੀਆਂ ਠੀਕ ਆ ਦੋਵੇਂ ਤਾਂ ਮਤਲਬ ਵਪਾਰ ਕਰਦੇ ਹੋ ਹਾਂ ਜੀ ਠੀਕ ਆ ਤੇ ਏਰੀਆ ਕਿਹੜਾ ਆਪਣਾ ਗਰਮਾਲਾ ਜੀ ਜ਼ਿਲ੍ਹਾ ਮੁਕਤਸਰ ਜ਼ਿਲ੍ਹਾ ਮੁਕਤਸਰ ਭਾਈ ਹਾਂ ਠੀਕ ਆ ਕੰਟੈਕਟ ਨੰਬਰ 62834 ਠੀਕ ਆ ਧੰਨਵਾਦ ਬਾਈ ਲਓ ਵੀ ਦੋਸਤੋ ਤੁਸੀਂ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋਗੇ ਜਿਹਨੂੰ ਵੀ ਇਹ ਵੈੜ ਪਸੰਦ ਆਉਂਦੀ ਹੈ ਵਪਾਰ ਦਾ ਕੰਮ ਆ ਤੇ ਬਾਕੀ ਹੋਰ ਵੀ ਤੁਸੀਂ ਦੇਖ ਸਕਦੇ ਹੋ ਡੱਬ ਵਾਲੀ ਮੰਡੀ ਗਾਈਆਂ ਦੇ ਲਈ ਮਸ਼ਹੂਰ ਆ ਉਨੀਆਂ ਹੀ ਗਾਈਆਂ ਹੁੰਦੀਆਂ ਉਨੀਆਂ ਹੀ ਮੱਝਾਂ ਹੁੰਦੀਆਂ ਹਰੇਕ ਤਰ੍ਹਾਂ ਦਾ ਮਾਲ ਤੁਹਾਨੂੰ ਇੱਥੋਂ ਮਿਲ ਜੂਗਾ ਉਹ ਵੀ ਦੋਸਤੋ ਤੁਹਾਨੂੰ ਆਪਾਂ ਟੌਪ ਕੁਆਲਿਟੀ ਦੀ ਜਰਸੀ ਦੌੜ ਕੇ ਦਿਖਾਉਂਦੇ ਹਾਂਗੇ ਪੰਜਾਬ ਵਾਲੀ ਹੈਗੀ ਤੇ ਆਰਡਰ ਦੇਖ ਸਕਦੇ ਹੋ ਤੁਸੀਂ ਪੂਰਾ ਜ਼ਬਰਦਸਤ ਆਰਡਰ ਆ ਤੇ ਦੇਖ ਸਕਦੇ ਹੋ ਤੁਸੀਂ ਭਲਵਾਨਾਂ ਵਾਂਗੂ ਦੁਰਦੀ ਹੈ ਤੇ ਬਾਕੀ ਪਿੱਠ ਪੁੜਾ ਦੇਖ ਸਕਦੇ ਹੋ ਫੇਸ ਦੇਖ ਸਕਦੇ ਹੋ ਬਹੁਤ ਸੋਹਣਾ ਫੇਸ ਆ ਤੇ ਬਿਊਟੀ ਦੇ ਵਿੱਚ ਵੀ ਆ ਤੇ ਦੁੱਧ ਨੂੰ ਵੀ ਪੂਰੀ ਟੌਪ ਰਹੂਗੀ ਦੇਖ ਸਕਦੇ ਹੋ ਤੁਸੀਂ ਬਾਕੀ ਆਰਡਰ ਤੁਹਾਨੂੰ ਦੱਸਦਾ ਹੀ ਹੋਣਾ ਪਾਸੇ ਤੋਂ ਵੀ ਤੇ ਬੈਕ ਸਾਈਡ ਤੋਂ ਵੀ ਬਹੁਤ ਚੌੜਾ ਆਰਡਰ ਹੈਗਾ ਤੇ ਫੇਸ ਕੁਆਲਿਟੀ ਤੁਸੀਂ ਦੁਬਾਰੇ ਚੈੱਕ ਕਰ ਸਕਦੇ ਹੋ ਰੰਗ ਰੂਪ ਵੀ ਚੈੱਕ ਕਰ ਸਕਦੇ ਹੋ ਕੋਈ ਕਮੀ ਨਹੀਂ ਹੈਗੀ ਜਰਸੀ ਦੇ ਵਿੱਚ ਤੇ ਬਾਕੀ ਆਪਾਂ ਦੁਬਾਰੇ ਆਉਣ ਤੋਂ ਵੀ ਸੋਹਣਾ ਲੱਗਿਆ ਗਾ ਤੇ ਚੰਗੇ ਦੁੱਧ ਵਾਲੀ ਬਾਕੀ ਬੈਕ ਸਾਈਡ ਤੋਂ ਆਰਡਰ ਤੁਸੀਂ ਦੁਬਾਰੇ ਦੇਖ ਸਕਦੇ ਹੋ ਆਰਡਰ ਬਹੁਤ ਚੰਗਾ ਗਾ ਤੇ ਬਾਕੀ ਆਪਾਂ ਡਿਟੇਲ ਸਾਰੀ ਬਾਈ ਤੋਂ ਲੈ ਲਾਂਗੇ ਆਰਡਰ ਮੂਰ ਨੂੰ ਵੀ ਬਹੁਤ ਚੰਗਾ ਤੇ ਬੈਕ ਸਾਈਡ ਨੂੰ ਵੀ ਤੇ ਚੌੜੀ ਵੀ ਬਹੁਤ ਆ ਗਈ ਪਿੱਛੇ ਤੋਂ ਤੁਸੀਂ ਦੇਖ ਸਕਦੇ ਹੋ ਕਿ ਪੂਰੀ ਟੌਪ ਦੀ ਜਰਸੀ ਹੈਗੀ ਤੇ ਜਰਸੀਆਂ ਬਹੁਤ ਘੱਟ ਨਿਕਲਦੀਆਂ ਇਹ ਜਿਹੀਆਂ ਤੇ ਬਾਕੀ ਆਪਾਂ ਡਿਟੇਲ ਬਾਈ ਤੋਂ ਸਾਰੀ ਲੈ ਲਾਂਗੇ ਕੀ ਡਿਟੇਲ ਹੈ ਜੀ ਕੀ ਗੱਲਬਾਤ ਆ ਕੀ ਹਾਲ ਹੈ ਨੰਬਰ 5 ਦਾ
ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ। ਬਾਈ ਜਿਹੜੀ ਆਪਾਂ ਜਰਸੀ ਤੋਰ ਕੇ ਦਿਖਾਈ ਹੈਗੀ, ਕਿਹੜੇ ਸੂਏ ਆ ਉਹ? ਦੂਜਾ ਸੂਆ ਸੂਈ। ਦੂਜਾ ਸੂਆ ਸੂਈ ਆ? ਕਿੰਨੇ ਦਿਨ ਹੋ ਗਏ? ਪੰਜ ਛੇ ਦਿਨ ਹੋ ਗਏ। ਬੱਚਾ? ਬੱਚਾ ਜੀ। ਮਗਰ ਬੱਚਾ ਹੈਗਾ, ਠੀਕ ਆ। ਤੇ ਦੁੱਧ ਦਾ ਇਹਦਾ ਕੀ ਰਿਕਾਰਡ ਆ ਜਾਂ ਹੁਣ ਕਿੰਨਾ ਤਿਆਰ ਹੋਊਗਾ? ਬਾਕੀ ਬਰੀਡ ਚੰਗੀ ਆ, ਠੀਕ ਆ। ਤੇ ਮੁੱਲ ਇਹਦਾ ਕੀ ਰੱਖਿਆ? ਇੱਕ ਵੀਹ। ਕਿੰਨੇ ਦੀ ਛੱਡ ਦਾਂਗੇ ਆਪਾਂ? ਮਾਣ ਤਾਣ ਹੋ ਜੂਗਾ ਵਿੱਚੋਂ, ਠੀਕ ਆ। ਤੇ ਮੌਕੇ ਤੇ ਹੋਜੂ, ਬਾਕੀ ਕੋਈ ਗੱਲਬਾਤ ਕਰੂਗਾ ਤਾਂ, ਹਨਾ, ਠੀਕ ਆ। ਤੇ ਇੱਕ ਹੀ ਲੈ ਕੇ ਆਇਓਗੇ? ਅੱਛਾ, ਬਾਕੀ ਆ ਵੀ ਆਪਣਗੀਆਂ, ਹਨਾ, ਠੀਕ ਆ। ਤੇ ਆ ਕੰਮ ਆਪਣਾ ਵਪਾਰਦਾ ਹੀ ਆ, ਠੀਕ ਆ। ਤੇ ਘਰੇ ਪਸ਼ੂ ਕਿੰਨੇ ਹੁੰਦੇ ਹੈਗੇ? ਘਰੇ ਵੀ ਹੁੰਦੇ ਆ, ਵਾਹਵਾ ਹੁੰਦੇ ਹੈਗੇ? ਚੰਗੇ ਪਸ਼ੂ ਹੀ ਹੁੰਦੇ ਆ, ਹੁੰਦੇ ਗਿਣਵੇਂ ਆ। ਚੰਗੇ ਹੁੰਦੇ ਆ, ਮੱਝਾਂ ਵੀ ਗਾਈਆਂ ਵੀ? ਕੱਲੀਆਂ ਗਾਈਆਂ। ਮੱਝਾਂ ਘੱਟ ਗਾ, ਮੱਝਾਂ ਦਾ ਜਾਣੀ ਘੱਟ ਆ, ਠੀਕ ਆ। ਤੇ ਗਾਂ ਪੂਰੀ ਚੰਗੀ ਤੋਂ ਚੰਗੀ ਕੁਆਲਿਟੀ ਮਿਲ ਜੂਗੀ? ਤੇ ਐਚ ਐਫ ਦੇ ਵਿੱਚ ਕ੍ਰੋਸ ਵੀ ਮਿਲ ਜੂਗੀ? ਜਰਸੀ ਵੀ? ਜਰਸੀ ਥੋੜੀ ਜਿਵੇਂ ਡਿਮਾਂਡ ਵੱਧ ਹੁੰਦੀ ਆ, ਹਨਾ, ਠੀਕ ਆ। ਲਾ ਵੀ ਦੂਜੇ ਨੰਬਰ ਤੇ ਤੁਹਾਨੂੰ ਆਪਾਂ ਆਹ ਗਾਂ ਤੋਰ ਕੇ ਦਿਖਾਉਂਦੇ ਆ। ਸ਼ਾਹੀਵਾਲ ਕ੍ਰੋਸ ਦੇ ਵਿੱਚ ਪੈਂਦੀ ਆ ਇਹ, ਤੇ ਦੁੱਧ ਚੰਗਾ ਹੁੰਦਾ ਇਹਨਾਂ ਦਾ, ਦੇਖ ਸਕਦੇ ਹੋ। ਬਾਡੀ ਬਾਂਤਰ ਵੀ ਚੰਗੀ ਆ, ਮੋੜ ਲਾ ਬਾਈ, ਫੇਸ ਕੁਆਲਿਟੀ ਤੁਸੀਂ ਦੇਖ ਸਕਦੇ ਹੋ। ਤੇ ਆਰਡਰ ਵੀ ਦੇਖ ਸਕਦੇ ਹੋ, ਆਰਡਰ ਬਹੁਤ ਸੋਹਣਾ ਕੰਪੈਕਟ ਆਰਡਰ ਆ, ਤੇ ਥਣਾ ਦਾ ਸਾਈਜ਼ ਸੂਜ ਆ ਜਿਹੜਾ ਉਹ ਵੀ ਬਹੁਤ ਚੰਗਾ ਵਾ, ਆਰਡਰ ਪੂਰਾ ਸਾਫ ਸੁਥਰਾ ਤੁਸੀਂ ਦੇਖ ਸਕਦੇ ਹੋ। ਤੇ ਬੈਕ ਸਾਈਡ ਤੋਂ ਵੀ ਤੇ ਰੰਗ ਰੁੰਗ ਵੀ ਸੋਹਣਾ, ਤੇ ਫੈਟ ਇਹਨਾਂ ਦੀ ਬਹੁਤ ਚੰਗੀ ਆਉਂਦੀ ਹੈਗੀ ਕ੍ਰੋਸ ਦੇ ਵਿੱਚ ਪੈਂਦੀ ਕਰਕੇ, ਘਰੇ ਰੱਖਣ ਨੂੰ ਬਹੁਤ ਚੰਗੀਆਂ ਗਾਈਆਂ ਇਹ ਦੁੱਧ ਪੀਣ ਨੂੰ, ਕਿਉਂਕਿ ਫੈਟ ਚੰਗੀ ਆਉਂਦੀ ਹੈ, ਚੰਗੀ ਆਉਂਦੀ ਹੈ ਇਹਨਾਂ ਦੀ। ਤੇ ਬਾਕੀ ਆਪਾਂ ਇਹਦੀ ਡਿਟੇਲ ਬਾਈ ਤੋਂ ਪੁੱਛ ਲੈਂਦੇ ਹਾਂ ਇਹਦੀ ਕੀ ਡਿਟੇਲ ਹੈਗੀ। ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਬਾਈ ਜਿਹੜੀ ਆਪਾਂ ਇਹ ਗਾਂ ਤੋਰ ਕੇ ਦਿਖਾਈ ਆ, ਇਹਦੀ ਨਸਲ ਦੱਸੀ ਪਹਿਲਾਂ ਤਾਂ, ਕਿਹੜੀ ਇਹ? ਸਾਹੀਵਾਲ ਕ੍ਰੋਸ ਆ? ਹਾਂ, ਸਾਹੀਵਾਲ ਕ੍ਰੋਸ ਆ ਜੀ। ਸਾਹੀਵਾਲ ਕ੍ਰੋਸ ਆ, ਠੀਕ ਆ। ਸੂਈ ਵੀ ਆ? ਹਾਂ, ਸੂਈ ਵੀ ਆ। ਕਿੰਨੇ ਦਿਨ ਹੋ ਗਏ ਇਹਨੂੰ ਸੂਈ ਨੂੰ? ਸੂਈ ਪਰਸੋਂ ਸੂਈ। ਪਰਸੋਂ? ਬੱਚਾ? ਬੱਚੀ ਆ ਜੀ, ਮਗਰ ਬੱਚੀ ਆ, ਉਹ ਮੂਹਰੇ ਬੈਠੀ ਜਿਹੜੀ, ਹੈ ਨਾ, ਠੀਕ ਆ। ਤੇ ਬਾਈ ਬੋਲਾ ਕਿੰਨਾ ਹੋਊ ਹੁਣ? ਬੋਲਾ 14 ਕਿਲੋ ਆ। 14 ਕਿਲੋ? ਤੇ ਆਪਾਂ ਨੂੰ ਉਮੀਦ ਕਿੰਨੀ ਆ ਬਾਈ ਦੁੱਧ ਦੀ ਵੀ, ਮਤਲਬ ਕਿੰਨਾ ਕੁ ਦੁੱਧ ਕਰ ਦੂ ਇਹ ਪੀਕ ਤੇ? 18 ਕਿਲੋ ਦੀ ਉਮੀਦ ਹੈ ਜੀ। 18 ਕਿਲੋ ਇਹਨਾਂ ਤਾਂ ਦੇਣਾ ਚਾਹੀਦਾ, ਹੈ ਨਾ, ਠੀਕ ਹੈ। ਤੇ ਮੁੱਲ ਬਾਈ ਕੀ ਇਹਦਾ? ਮੁੱਲ ਬਾਈ 70,000। ਮੁੱਲ 70,000? ਤੇ ਆਪਣੀ ਹਾਂ ਨਾ ਕਿੰਨੇ ਦੀ ਆ ਵੀ ਆਪਾਂ ਇਹ ਤੋਂ ਘੱਟ ਦੇਣੀ? 5,000 ਰੁਪਏ ਕਰਦੇ। 5,000, ਮਤਲਬ ਕਿ 65,000 ਦੀ, ਹੈ ਨਾ, ਠੀਕ ਹੈ। ਤੇ ਹਾਂ ਨਾ ਹੀ ਆ, ਮਤਲਬ ਮੌਕੇ ਤੇ ਕੋਈ ਛੋੜ ਛੱਪਾ ਤਾਂ ਹੋਜੂ ਵਿੱਚੋਂ, ਹੈ ਨਾ, ਥੋੜ੍ਹਾ ਬਹੁਤ ਕਰਦੇ, ਠੀਕ ਹੈ, ਇਹ ਉਨਾ ਕੁ ਮਤਲਬ ਹੋ ਜੂਗਾ, ਹਾਂਜੀ ਹਾਂਜੀ, ਠੀਕ ਹੈ। ਤੇ ਕਿੰਨੇ ਪਸ਼ੂ ਲੈ ਕੇ ਆਏ ਬਾਈ ਆਪਾਂ? 4 ਗਾਈਆਂ ਲੈ ਕੇ। ਦੂਜੇ ਨੰਬਰ ਤੇ ਆ ਗਈ, ਠੀਕ ਆ। ਤੋਰੀ ਉਹ ਵੀ? ਲੋ ਵੀ ਦੋਸਤੋ, ਬਾਈ 4-5 ਗਾਈਆਂ ਲੈ ਕੇ ਆਇਆ ਗਾ, ਦੂਜੇ ਨੰਬਰ ਤੇ ਤੁਹਾਨੂੰ ਆਪਾਂ ਆਹ ਤੋਰ ਕੇ ਦਿਖਾਉਂਦੇ ਹਾਂ। ਤੇ ਗਾਈਆਂ ਸਾਰੀਆਂ ਚੰਗੀਆਂ ਗਈਆਂ, ਸਾਫ਼ ਸੁਥਰੀਆਂ, ਵਧੀਆ। ਤੇ ਇਹ ਵੀ ਦੇਖ ਸਕਦੇ ਹੋ, ਇਹ ਐਚ ਐਫ ਦੇ ਵਿੱਚ ਪੈਂਦੀ ਹੈਗੀ, ਕੱਦ ਕਾਰਡ ਤੁਸੀਂ ਇਹਦਾ ਦੇਖ ਸਕਦੇ ਹੋ, ਕੱਦ ਕਾਰਡ ਵੀ ਠੀਕ ਆ। ਤੇ ਆਰਡਰ ਦੇਖ ਸਕਦੇ ਹੋ, ਆਰਡਰ ਬਹੁਤ ਸੋਹਣਾ ਹੈਗਾ ਇਹਦਾ, ਥਣਾ ਦਾ ਸਾਈਜ਼ ਸੂਜ ਆ, ਬਲੂਨ ਲੱਗਦੀ ਆ ਇਹ। ਤੇ ਬਾਕੀ ਆਪਾਂ ਡਿਟੇਲ ਪੁੱਛ ਲਾਂਗੇ, ਮੋੜ ਲਾ ਬਾਈ। ਬਾਡੀ ਬਾਂਤਰ ਚੰਗੀ ਹੈਗੀ, ਤੇ ਬਾਕੀ ਆਰਡਰ ਤੁਸੀਂ ਦੇਖ ਸਕਦੇ ਹੋ, ਆਰਡਰ ਬਹੁਤ ਸੋਹਣਾ, ਮੂਹਰ ਨੂੰ ਆਰਡਰ ਬਹੁਤ ਹੈਗਾ, ਗਾੜੀ ਬਹੁਤ ਰਹੂਗੀ ਇਹਦੀ, ਦੁੱਧ ਨੂੰ ਚੰਗੀ ਰਹੂਗੀ। ਤੇ ਬਾਕੀ ਥਣਾ ਦਾ ਸਾਈਜ਼ ਸੂਜ ਆ ਜਿਹੜਾ, ਥਣਾ ਦਾ ਸਾਈਜ਼ ਸੂਜ ਵੀ ਬਹੁਤ ਸੋਹਣਾ ਰਹੂਗਾ ਇਹਦਾ। ਤੇ ਬਾਕੀ ਆਪਾਂ ਇਹਦੀ ਵੀ ਡਿਟੇਲ ਪੁੱਛ ਲੈਣੇ, ਕੀ ਡਿਟੇਲ ਆ, ਦੇਖ ਸਕਦੇ ਹੋ ਤੁਸੀਂ, ਥਣ ਥੁਣ ਬਹੁਤ ਚੰਗੇ ਆ, ਪੂਰਾ ਵਧੀਆ ਸਾਫ਼ ਸੁਥਰਾ ਆਰਡਰ ਹੈ ਇਹਦਾ ਵੀ ਪੂਰਾ। ਤੇ ਇਹਦੀ ਵੀ ਡਿਟੇਲ ਪੁੱਛ ਲੈਂਦੇ ਹਾਂ ਆਪਾਂ। ਇਹ ਬਾਈ ਕਿਹੜੇ ਸੂਏ ਆ? ਇਹ ਬਾਈ ਦੂਜੇ ਸੂਏ ਆ ਜੀ। ਇਹਨੇ ਸੋਹਣਾ ਹਜੇ, ਸੂਈ ਵੀ ਆ, ਰਾਤ ਹੀ ਸੂਈ ਆ। ਅੱਛਾ, ਰਾਤ ਹੀ ਸੂਈ ਆ, ਤਾਜ਼ੀ ਸੂਈ ਆ, ਹੈ ਨਾ, ਠੀਕ ਆ। ਇਹਦੇ ਮਗਰ ਬੱਚਾ ਕੀ ਆ? ਬੱਚਾ ਜੀ। ਬੱਚਾ? ਤੇ ਕੰਪੈਸਿਟੀ ਕੀ ਆ ਬਾਈ ਇਹਦੀ ਦੁੱਧ ਦੀ, ਕਿੰਨਾ ਦੁੱਧ ਕੱਢ ਦੂਗੀ? ਦੁੱਧ ਜੀ 18 ਕਿਲੋ ਲਗਭਗ ਕੱਢ ਦੂਗੀ। 18 ਕਿਲੋ ਇਹ ਕੱਢ ਦੂਗੀ, ਠੀਕ ਆ। ਤੇ ਇਹਦਾ ਮੁੱਲ? ਇਹਦਾ ਮੁੱਲ 65,000। ਇਹਦਾ ਮੁੱਲ 65,000 ਆ। ਇਹ ਕਿੰਨੇ ਛੱਡ ਦਾਂਗੇ ਆਪਾਂ? ਮਾਣ ਤਾਣ ਹੋ ਜੂਗਾ ਇਹਦੇ ਵਿੱਚੋਂ ਵੀ, ਠੀਕ ਆ, ਇਹਦੇ ਵਿੱਚੋਂ ਵੀ ਮਾਣ ਤਾਣ ਹੋ ਜੂਗਾ, ਹੈ ਨਾ, ਠੀਕ ਆ। ਤੇ ਤੀਜੇ ਨੰਬਰ ਤੇ ਆਹ ਗਈ, ਤੀਜੇ ਨੰਬਰ ਤੇ ਦੋਸਤੋ ਆ ਗਈ, ਤੇ ਤੋਰੀਆਂ ਵੀ ਬਾਈ? ਤੀਜੇ ਨੰਬਰ ਤੁਹਾਨੂੰ ਇਹ ਦਿਖਾਉਂਦੇ ਆ ਤੋਰ ਕੇ, ਇਹ ਵੀ ਕ੍ਰੋਸ ਬਰੀਡ ਦੇ ਵਿੱਚ ਪੈਂਦੀ ਹੈਗੀ। ਤੇ ਕ੍ਰੋਸ ਬਰੀਡ ਦੇ ਵਿੱਚ ਗਾਈਆਂ ਵਧੀਆ ਰਹਿੰਦੀਆਂ ਦੁੱਧ ਨੂੰ, ਨਾਲੇ ਤਾਂ ਫੈਟ ਜ਼ਿਆਦਾ ਹੁੰਦੀ ਹੈਗੀ, ਤੇ ਬਾਕੀ ਬਿਮਾਰ ਨਹੀਂ ਛੇਤੀ ਹੁੰਦੀਆਂ ਗਈਆਂ। ਫੇਸ ਤੁਸੀਂ ਦੇਖ ਸਕਦੇ ਹੋ ਇਹਦਾ, ਅਤੇ ਬਾਡੀ ਬਾਂਤਰ ਵੀ ਦੇਖ ਸਕਦੇ ਹੋ, ਇਹਦੀ ਚੰਗੀ ਹੈਗੀ, ਸੋਹਣੀ ਆ ਵੀ, ਭਾਰੀ ਆ ਪੂਰੀ। ਅਤੇ ਕੱਦ ਕਾਰਡ ਵੀ ਠੀਕ ਹੈ ਇਹਦਾ, ਦੇਖ ਸਕਦੇ ਹੋ ਤੁਸੀਂ।
ਤੇ ਬਾਕੀ ਡਿਟੇਲ ਮੋੜ ਲਾ ਬਾਈ ਬਾਕੀ ਡਿਟੇਲ ਆਪਾਂ ਇਹਦੀ ਵੀ ਪੁੱਛ ਲਾਂਗੇ ਫੇਸ ਬਹੁਤ ਸੋਹਣਾ ਤੇ ਭਾਰੀ ਵੀ ਬਹੁਤ ਆ ਤੇ ਸਾਡਾ ਵੀ ਚੰਗਾ ਹੈ ਤਾਂ ਤੁਸੀਂ ਦੇਖ ਸਕਦੇ ਹੋਗੇ ਤੇ ਕੋਈ ਲੱਸੀ ਨਹੀਂ ਹੈਗੀ ਤੇ ਬਾਡੀ ਬਣਤਰ ਇਹਦੀ ਵੀ ਪੂਰੀ ਚੰਗੀ ਆ ਤੇ ਕੱਦ ਕਾਰਡ ਚ ਵੀ ਪੂਰੀ ਚੰਗੀ ਆ ਜਿੰਨੀਆਂ ਵੀ ਬਹਿਣਾ ਸਾਰੀਆਂ ਚੰਗੀਆਂ ਗਈਆਂ ਕੋਈ ਲੱਸੀ ਨਹੀਂ ਹੈਗੀ ਤੇ ਇਹਦੀ ਬਾਈ ਕੀ ਡਿਟੇਲ ਆ ਗਈ ਕਿਹੜਾ ਸੂਆ ਇਹਦਾ ਇਹ ਦੂਜਾ ਸੂਆ ਹੈ ਜੀ ਦੂਜਾ ਸੂਆ ਤੇ ਕਿੰਨੇ ਦਿਨ ਹੋ ਗਏ ਇਹਨੂੰ ਇਹਨੂੰ ਸੂਈ ਨੂੰ ਹੋ ਹੀ ਗਏ ਜੀ 10 ਕੁ ਦਿਨ 10 ਕੁ ਦਿਨ ਇਹਦੇ ਮਗਰ ਬੱਚਾ ਇਹਦੇ ਮਗਰ ਬੱਚਾ ਵੱਛੀ ਹੈ ਜੀ ਅੱਛਾ ਇਹਦੇ ਮਗਰ ਬੱਚੀ ਉਹ ਮੂਹਰੇ ਬੈਠੇ ਬੱਚੇ ਹੈ ਨਾ ਠੀਕ ਆ ਤੇ ਦੁੱਧ ਕਿੰਨਾ ਹੋਊਗਾ ਬਾਈ ਜਮ੍ਹਾਂ ਕਰਨ ਵਾਲਾ ਕੱਟੇ ਤੌਰ ਬਾਈ 17 ਕਿਲੋ ਦੁੱਧ 17 ਕਿਲੋ ਤੇ ਵਧੂਗੀ ਹਾਂਜੀ ਵਧੂਗੀ ਹੋ ਜਾਏ 27 ਹੋਈ ਹੈ 20 ਤੋਂ ਉੱਪਰ ਜਾਊਗੀ ਹਾਂ ਕਿੰਨੀ ਕਮੀਜ਼ ਆਪਣੀ 21-22 ਲੀਟਰ ਦੀ ਉਮੀਦ ਹੈ 21-22 ਤਾਂ ਦੇ ਦੂ ਮੌਜ ਨਾਲ ਹਨਾ ਹਾਂਜੀ ਠੀਕ ਆ ਤੇ ਇਹਦਾ ਮੁੱਲ ਬਾਈ ਇਹਦਾ ਮੁੱਲ 70,000 ਇਹਦਾ ਮੁੱਲ 70,000 ਤੇ ਇਹ ਕਿੰਨੇ ਦੀ ਹੋ ਜਾਊਗੀ ਕਰ ਦਿਆਂਗੇ ਜੀ ਮਾਨਤਾਨ ਇਹਦਾ ਵੀ ਮੌਕੇ ਤੇ ਹੋ ਜਾਊਗਾ ਮੌਕੇ ਤੇ ਮਾਨਤਾਨ ਹੋ ਜਾਊਗਾ ਮਤਲਬ ਠੀਕ ਆ ਤੇ ਆਪਣੀ ਆਹ ਲਾਟ ਤੇ ਆਹਗੀ ਹਾਂਜੀ ਠੀਕ ਆ ਇਹਨੂੰ ਵੀ ਖੋਲੀ ਲਓ ਵੀ ਲਾਸਟ ਤੇ ਆਹ ਬੈਡ ਆ ਗਈ ਤੇ ਸਾਰੀਆਂ ਤਾਜ਼ੀਆਂ ਸੂਈਆਂ ਮੰਗਾਈਆਂ ਤੇ ਚੰਗੀ ਕੁਆਲਿਟੀ ਦੇ ਵਿੱਚ ਹੀ ਆ ਸਾਰੀਆਂ ਤੁਸੀਂ ਦੇਖ ਸਕਦੇ ਹੋਗੇ ਬੱਚਾ ਉਹਦਾ ਵੀ ਮੂਹਰੇ ਤੁਸੀਂ ਫੇਸ ਕੁਆਲਿਟੀ ਦੇਖ ਸਕਦੇ ਹੋ ਇਹਦੀ ਵੀ ਫੇਸ ਕੁਆਲਿਟੀ ਬਹੁਤ ਸੋਹਣੀ ਹੈਗੀ ਤੇ ਬਾਡੀ ਬਣਤਰ ਦੇਖ ਸਕਦੇ ਹੋ ਤੁਸੀਂ ਵੇਲ ਦੇਖ ਸਕਦੇ ਹੋ ਕੱਦ ਕਾਰਡ ਵੀ ਚੰਗਾ ਤੇ ਆਰਡਰ ਵੀ ਦੇਖ ਸਕਦੇ ਹੋ ਬਹੁਤ ਚੰਗਾ ਹੈਗਾ ਮੋੜ ਲਾ ਆਰਡਰ ਦੇਖ ਸਕਦੇ ਹੋ ਤੁਸੀਂ ਬੈਕ ਤੋਂ ਤੇ ਬਹੁਤ ਸੋਹਣੀ ਹੈਗੀ ਇਹ ਵੀ ਆਰਡਰ ਤੁਸੀਂ ਚੈੱਕ ਕਰ ਸਕਦੇ ਹੋ ਥਾਣਾ ਦਾ ਸਾਇਜ਼ ਸੂਈ ਉਹਨੂੰ ਵੀ ਆਰਡਰ ਚੰਗਾ ਹੈਗਾ ਤੇ ਬੱਚੇ ਮੂਹਰੇ ਤੁਸੀਂ ਦੇਖ ਸਕਦੇ ਹੋ ਤੇ ਬੈੜਾਂ ਸਾਰੀਆਂ ਚੰਗੀਆਂ ਗੀਆਂ ਚੰਗੀਆਂ ਵਧੀਆ ਸਮਾਂ ਪਲੀਆਂ ਬੈੜਾਂ ਗੀਆਂ ਤੇ ਬਾਕੀ ਇਹ ਲਾਟ ਦੇ ਉੱਤੇ ਆਪਾਂ ਇਹਦੀ ਵੀ ਬਾਈ ਤੋਂ ਡਿਟੇਲ ਪੁੱਛ ਲੈਂਦੇ ਹਾਂ ਇਹਦੀ ਕੀ ਡਿਟੇਲ ਆ ਇਹਦੀ ਬਾਈ ਕੀ ਡਿਟੇਲ ਆ ਕਿਹੜੇ ਸੂਏ ਸੂਈ ਵੀ ਆ ਦੂਜੇ ਸੂਏ ਆ ਜੀ ਇਹ ਦੂਜੇ ਸੂਏ ਆ ਇਹਦੇ ਮਗਰ ਬੱਚਾ ਵੱਛੀ ਆ ਜੀ ਕੱਲ ਹੀ ਸੂਈ ਆ ਇਹਦੇ ਮਗਰ ਵੱਛੀ ਆ ਉਹ ਵੱਛੀ ਵੀ ਚੰਗੀ ਆ ਨਾ ਬਾਈ ਠੀਕ ਆ ਤੇ ਇਹ ਹੁਣ ਮਤਲਬ ਕੱਲ ਸੂਈ ਆ ਤਾਂ ਇਹਦੀ ਹੁਣ ਆਪਾਂ ਨੂੰ ਉਮੀਦ ਕੀ ਆ ਵੈਸੇ ਦੁੱਧ ਦੀ ਦੁੱਧ ਦੀ 20 ਕਿਲੋ ਦੀ ਆ ਜੀ 20 ਕਿਲੋ ਦੀ 20 ਕਿਲੋ ਦੇ ਦੂਗੀ ਹੈ ਨਾ 20 ਤਾਂ ਮੌਜ ਨਹੀਂ ਦੇ ਦੂਗੀ ਹੈ ਨਾ ਠੀਕ ਆ ਵਧੇ ਭਲਾ ਨਹੀਂ ਘਟਦੀ ਵਧੂਗੀ ਘਟਦੀ ਨਹੀਂ ਹੈ ਨਾ ਠੀਕ ਆ ਤੇ ਇਹਦਾ ਮੁੱਲ ਬਈ ਇਹਦਾ ਮੁੱਲ 85,000 ਰੁਪਏ 85,000 ਇਹਦੇ ਚੋਂ ਵੀ ਮਾਨ ਤਾਨ ਹੋ ਜੂਗਾ ਠੀਕ ਆ ਮਤਲਬ ਵੀ ਸਾਰੀਆਂ ਆਪਾਂ ਜਿੰਨੀਆਂ ਵੀ ਘੱਟ ਹੀ ਦੱਸਿਆ 2-2 ਕਿਲੋ ਅੱਛਾ ਵਧੂ ਵਧ ਕੀ ਦੇਣਗੇ ਠੀਕ ਆ ਜਿੰਨਾ ਆਪਾਂ ਦੱਸਿਆ ਉਹ ਤੋਂ ਵੱਧ ਹੀ ਰਹਿਣਗੇ ਆ ਠੀਕ ਆ ਤੇ ਬਾਕੀ ਮਾਨ ਤਾਨ ਮੌਕੇ ਤੇ ਹੋ ਜੂ ਸਾਰਿਆਂ ਚੋਂ ਹਨਾ ਹਾਂਜੀ ਤੇ ਘਰੇ ਪਸ਼ੂ ਬਾਈ ਕਿੰਨੇ ਹੁੰਦੇ ਆਪਣੇ ਕੋਲੇ ਘਰੇ ਪਸ਼ੂ ਹੈਗੇ ਜੀ 5-4 ਗਾਈਆਂ ਦਾ ਇਕੱਲੀਆਂ ਦਾ ਕਿ ਮੱਝਾਂ ਵੀ ਹੁੰਦੀਆਂ ਦਾ ਜੀ ਇਕੱਲੀਆਂ ਗਾਈਆਂ ਦਾ ਗਾਈਆਂ ਕੁਆਲਿਟੀ ਸਭ ਤਰ੍ਹਾਂ ਦੀ ਮਿਲ ਜੂਗੀ ਤੇ ਮੰਡੀਆਂ ਹੋਰ ਬਈ ਕਿਹੜੀਆਂ ਪਹੁੰਚਦੇ ਹੋ ਅਸੀਂ ਜਾਂਦੇ ਜੀ ਰਾਪਸਰ ਰਾਜਸਥਾਨ ਵਾਲੀ ਠੀਕ ਆ ਤੇ ਹੋਰ ਪੰਜਾਬ ਵਾਲੀਆਂ ਮੰਡੀਆਂ ਜਾਂਦੇ ਹੋ ਡੱਬ ਵਾਲੀ ਠੀਕ ਆ ਕਈ ਵਾਰੀ ਜਗਰਾਵਾਂ ਮੱਝਾਂ ਲੈ ਕੇ ਵਗ ਜਾਈਦੇ ਕੋਈ ਟਰਾਮ ਲੈ ਲਈ ਦੀਆਂ ਵਿੱਚ ਠੀਕ ਆ ਜ਼ਿਆਦਾ ਜਾਣੀ ਗਾਈਆਂ ਦਾ ਗਾਈਆਂ ਦਾ ਕੰਮ ਮਿਲ ਜਾਣੀ ਮੱਝਾਂ ਵੀ ਜਾਂਦੀਆਂ ਹਾਂਜੀ ਠੀਕ ਆ ਤੇ ਏਰੀਆ ਕਿਹੜਾ ਬਈ ਆਪਣਾ ਆਪਣਾ ਮੁਕਸਰ ਕੋਲੇ ਹੈ ਕਿਹੜਾ ਪਿੰਡ ਮਕਾਨਦ ਸਿੰਘ ਵਾਲਾ ਮਕਾਨਦ ਸਿੰਘ ਵਾਲਾ ਜ਼ਿਲ੍ਹਾ ਮੁਕਸਰ ਹੀ ਹੈ ਨਾ ਹਾਂਜੀ ਹਾਂਜੀ ਤੇ ਕੰਟੈਕਟ ਨੰਬਰ ਬਾਈ 96-60-96-555-555-749-749 ਠੀਕ ਆ ਠੀਕ ਆ ਬਾਈ ਧੰਨਵਾਦ ਲਓ ਵੀ ਦੋਸਤੋ ਤੁਹਾਨੂੰ ਗਾਈਆਂ ਆਪਾਂ ਸਾਰੀਆਂ ਇਕੱਠੀਆਂ ਤੋਰ ਕੇ ਦਿਖਾ ਦਿਆਂ ਗਈਆਂ ਤੇ ਡਿਟੇਲ ਕੱਲੀ ਕੱਲੀ ਦੀ ਲੈ ਕੇ ਆ ਜਿਹਨੂੰ ਪਸੰਦ ਆਉਂਦੀ ਹੈ ਤੁਸੀਂ ਬਾਈਆਂ ਨਾਲ ਕੰਟੈਕਟ ਕਰ ਸਕਦੇ ਹੋ ਤੇ ਪਸ਼ੂ ਹੋਰ ਵੀ ਹੁੰਦੇ ਹੈਗੇ